ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਕੀ ਹਾਲ ਸਾਰਿਆਂ ਦਾ ਜੀ ਤੇ ਅਮੀ ਸਾਰੇ ਠੀਕ ਨੇ ਚੜ੍ਹਦੀ ਕਲਾ 'ਚ ਹੋਣਗੇ ਆਪਾਂ ਵੀ ਚੜ੍ਹਦੀ ਕਲਾ 'ਚ ਹੀ ਆ ਤੇ ਮੌਸਮ ਠੀਕ ਹੋ ਗਿਆ ਅੱਗੋਂ ਨਾਰਵੇ ਦਾ ਤੇ ਅੱਜ ਆਪਾਂ ਨਾਰਵੇ 'ਚ ਗੱਲ ਕਰਾਂਗੇ ਵੀ ਨਾਰਵੇ 'ਚ ਪੰਜਾਬੀਆਂ ਦੀ ਆਬਾਦੀ ਕਿੰਨੀ ਹੈਗੀ ਆ ਹਨਾ ਤੇ ਉਸ ਬਾਰੇ ਆਪਾਂ ਗੱਲ ਕਰਾਂਗੇ ਤੇ ਸਭ ਤੋਂ ਪਹਿਲਾਂ ਤਾਂ ਧੰਨਵਾਦ ਉਹਨਾਂ ਦਾ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਜਿਹੜੇ ਚੈਨਲ ਤੇ ਨਵੇਂ ਨੇ ਤੇ ਉਹ ਪਲੀਜ਼ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆ ਤੁਸੀਂ ਮੇਰੇ ਪਿੱਛੇ ਪਹਾੜ ਵੇਖਦੇ ਹੋ ਤੇ ਇਸ ਟਾਈਮ ਰਾਤ ਦੇ 9:30 ਦਾ ਟਾਈਮ ਆ ਤੇ ਇਨਾ ਚਾਨਣ ਆ ਇਸ ਟਾਈਮ ਤੇ ਅੱਗੇ ਜੂਨ ਜੁਲਾਈ ਦੇ ਵਿੱਚ ਤਾਂ ਐਸੋਲੇ ਤੁੱਪ ਪੂਰੀ ਹੁੰਦੀ ਆ ਚਲੋ ਕੋਈ ਨਹੀਂ ਉਹ ਵੀ ਆਪਾਂ ਮੌਸਮ ਵੇਖਾਂਗੇ ਤੇ ਆਪਾਂ ਇੱਕ ਗੱਲ ਕਰਨੀ ਸੀ ਵੀ ਨੌਰਵੇ ਵਿੱਚ ਪੰਜਾਬੀ ਖਾਸ ਕਰਕੇ ਆਪਣੇ ਸਿੱਖਾਂ ਦੀ ਕਿੰਨੀ ਕੁ ਵਾਧੇ ਹੈਗੀ ਹੈ ਹਨਾ ਤੇ ਨੌਰਵੇ ਵਿੱਚ ਨਾ ਦੋ ਸ਼ਹਿਰ ਨੇ ਓਸਲੋ ਤੇ ਡਰਾਮਨ ਸ਼ਹਿਰ ਤਾਂ ਖੈਰ ਬੜੇ ਨੇ ਵੱਡੇ ਵੀ ਜਿੱਥੇ ਦੋ ਗੁਰੂ ਘਰ ਨੇ ਓਸਲੋ ਦੇ ਵਿੱਚ ਵੀ ਗੁਰਦੁਆਰਾ ਸਾਹਿਬ ਹੈਗਾ ਤੇ ਡਰਾਮਨ ਦੇ ਵਿੱਚ ਵੀ ਗੁਰਦੁਆਰਾ ਹੈਗਾ ਵਾ ਤੇ ਦੋਨੋਂ ਸ਼ਹਿਰਾਂ ਜਾਂ ਸਾਰੇ ਨੌਰਵੇ ਚ ਅਬਾਦੀ ਸਾਰੇ ਨਾਰਵੇ ਦੀ ਅਬਾਦੀ ਹੈਗੀ ਆ 52 ਲੱਖ 55 ਲੱਖ ਵੀ ਇੱਕ ਪੰਜਾਬ ਦੀ ਆਪਣੀ ਅਬਾਦੀ ਦਾ 6ਵਾਂ ਹਿੱਸਾ ਵੀ ਨਿਕਾਲੋ ਤੁਸੀਂ 6ਵਾਂ ਹਿੱਸਾ ਵੀ ਇੱਥੇ ਹੈਗਾ ਬਸ ਪਹੁੰਚ 55 ਲੱਖ ਦੀ ਅਬਾਦੀ ਟੋਟਲ ਹੈਗੀ ਇੱਥੇ ਤੇ ਜ਼ਿਆਦਾਤਰ ਲੋਕੀ ਜਿਹੜੇ ਓਸਲੋ ਦੇ ਵਿੱਚ ਨਾ ਇਮੀਗ੍ਰੈਂਟ ਰਹਿੰਦੇ ਨੇ ਕੋ ਮਮੀ ਓਸਲੋ ਚ ਹੀ ਰਹਿਣਾ ਵਾ ਤੇ ਇਮੀਗ੍ਰੈਂਟਾਂ ਦਾ ਮਤਲਬ ਹੈ ਕਿ ਦੂਜੇ ਦੇਸ਼ਾਂ ਤੋਂ ਆ ਕੇ ਜਿਹੜੇ ਇੱਥੇ ਬੰਦੇ ਰਹਿੰਦੇ ਨੇ ਉਹ ਰਹਿੰਦੇ ਨੇ ਤੇ ਆਪਣੇ ਪੰਜਾਬੀਆਂ ਦੀ ਗਿਣਤੀ ਜੇ ਵੇਖੀਏ ਜੇ ਪੰਜਾਬੀ ਬੋਲਣ ਵਾਲਿਆਂ ਦੀ ਵੇਖੀਏ ਜਿਵੇਂ ਪਾਕਿਸਤਾਨ ਦੇ ਜਾਂ ਆਪਣਾ ਇੰਡੀਆ ਦੇ ਪੰਜਾਬ ਦੇ ਪੰਜਾਬੀ ਬੋਲਣ ਵਾਲਾ ਤੇ ਫਿਰ ਤਾਂ ਗਿਣਤੀ 3.5 ਲੱਖ ਤੇ ਪਹੁੰਚ ਜਾਂਦੀ ਆ ਕਿਉਂਕਿ ਜਿਹੜੇ ਆਪਣੇ ਲਹਿੰਦੇ ਪੰਜਾਬ ਦੇ ਪੰਜਾਬੀ ਆ ਨਾ ਹਾਂ ਪਾਕਿਸਤਾਨ ਦੇ ਜਿਹੜੇ ਪੰਜਾਬੀ ਨੇ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ 2.5 ਤੋਂ 3 ਲੱਖ ਜਾਂ 2 ਲੱਖ ਤੋਂ 2.5 ਲੱਖ ਦੇ ਵਿੱਚ ਵਿੱਚ ਉਹਨਾਂ ਦੀ ਆਬਾਦੀ ਇੱਥੇ ਹੈਗੀ ਆ ਤੇ ਆਪਣੀ ਤਾਂ ਇੱਥੇ ਹੈਗੀ 15 ਹਜ਼ਾਰ ਮੈਂ ਜ਼ਿਆਦਾ ਕਿਹਾ ਤਕਰੀਬ ਦਾ ਕੱਟੀ ਹੋਵੇ ਬ 12-15 ਹਜ਼ਾਰ ਦੇ ਵਿੱਚ ਵਿੱਚ ਆ ਤੇ ਪੋਲਿਸ਼ ਲੋਕ ਵੀ ਇੱਥੇ ਬਹੁਤ ਜ਼ਿਆਦਾ ਰਹਿੰਦੇ ਉਹਨਾਂ ਦੀ ਆਬਾਦੀ ਵੀ 2.5 ਲੱਖ ਹੈ ਸਭ ਤੋਂ ਜਿਹੜੀ ਜ਼ਿਆਦਾ ਪਾਪੂਲੇਸ਼ਨ ਹੈ ਨਾ ਇਮੀਗ੍ਰੈਂਟ ਦੀ ਨਾਰਵੇ ਵਿੱਚ ਉਹ ਪੋਲਿਸ਼ ਲੋਕ ਨੇ ਪੋਲੈਂਡ ਦੇ ਲੋਕਾਂ ਦੀ ਆ ਫਿਰ ਆਪਣੇ ਆ ਜਾਂਦੇ ਆ ਪਾਕਿਸਤਾਨ ਦੇ ਲੋਕ ਨੇ ਫਿਰ ਆਪਣੇ ਆ ਜਾਂਦੇ ਨੇ ਆਪਣਾ ਸੀਰੀਆ ਦੇ ਵੀ ਨੇ ਕਾਫੀ ਜ਼ਿਆਦਾ ਲੁਤਫਾਨੀਆਂ ਦੇ ਵੀ ਕਾਫੀ ਹੈਗੇ ਨੇ ਗ੍ਰੀਸ ਤੋਂ ਵੀ ਇੱਥੇ ਲੋਕੀ ਕੰਮ ਕਰਦੇ ਆ ਕੇ ਇਟਲੀ ਤੋਂ ਵੀ ਕਾਫੀ ਲੋਕੀ ਕੰਮ ਕਰਦੇ ਇੱਥੇ ਆ ਕੇ ਇੱਕ ਤਾਂ ਉਹ ਨਾ ਜਿਵੇਂ ਜਿਹੜੇ ਬੰਦੇ ਗ੍ਰੀਸ ਤੋਂ ਆਪਣੇ ਜਿਵੇਂ ਮੈਂ ਆਇਆ ਪੋਲੈਂਡ ਤੋਂ ਉਹ ਤਾਂ ਹੈਗੇ ਹੈਗੇ ਨੇ ਇਹ ਬੇਸਿਕ ਗ੍ਰੀਕ ਪੀਪਲ ਨੇ ਜਾਂ ਇਟਾਲੀਅਨ ਪੀਪਲ ਨੇ ਉਹ ਵੀ ਇੱਥੇ ਕੰਮ ਕਰਦੇ ਨਾਰਵੇਜ ਆ ਕੇ ਤੇ ਜਿਵੇਂ ਮੈਂ ਦੱਸਿਆ ਸਭ ਤੋਂ ਜ਼ਿਆਦਾ ਇੱਥੇ ਪੋਲਿਸ਼ ਲੋਕ ਤੇ ਆਪਣੇ ਲਹਿੰਦੇ ਪੰਜਾਬ ਦੇ ਪੰਜਾਬੀ ਨਾ ਰਹਿੰਦੇ ਨੇ ਤੇ ਆਪਣੀ ਤਾਂ ਆਬਾਦੀ ਚਲੋ 8000 ਦੇ ਲੂਨ ਦੇ ਬਰਾਬਰ ਹੀ ਆ ਮਤਲਬ ਕਿ 15000 ਮੈਕਸਿਮਮ 15000 ਆ ਤੇ ਕੰਮ ਚਲੋ ਇੱਥੇ ਸੋਹਣੇ ਨੇ ਸਾਰਿਆਂ ਵਧੀਆ ਕੰਮ ਕਰਦੇ ਨੇ ਕਈਆਂ ਦੇ ਆਪ ਦੇ ਕੰਮ ਵੀ ਬਹੁਤ ਚੰਗੇ ਕੰਮ ਨੇ ਜਿਹੜੇ ਆਪਣੇ ਨੇ ਤੇ ਜਿਹੜੇ ਯਾਨੀ ਕਿ ਨੌਕਰੀ ਕਰਦੇ ਉਹ ਵੀ ਚਲੋ ਠੀਕ ਨੇ ਕੋਈ ਏਡੇ ਮਾੜੇ ਨਹੀਂ ਹੈਗੇ ਬਹੁਤ ਵਧੀਆ ਹੈ ਰਹਿਣ ਸਹਣ ਇਥੋਂ ਨਾਰਵੇ ਦਾ ਬਹੁਤ ਵਧੀਆ ਵਾ ਤੇ ਕਮਾਈਆਂ ਤਾਂ ਚਲੋ ਹੈਗੀਆਂ ਹੀ ਹੈਗੀਆਂ ਨੇ ਤੇ ਲੋਕਾਂ ਦਾ ਰਹਿਣ ਸਹਣ ਬਹੁਤ ਵਧੀਆ ਵਾ ਤੇ ਇੱਥੇ ਇੱਕ ਗੱਲ ਇਹ ਹੈ ਵੀ ਜਿਵੇਂ ਨਾਰ ਪੋਲੈਂਡ ਦੇ ਵਿੱਚ ਆਪਣੀ ਆਬਾਦੀ ਤਾਂ ਥੋੜੀ 4-500 ਜਾਂ ਸਾਰੇ ਵਾਰਸੋ ਦੇ ਵਿੱਚ ਹੁਣ ਸ਼ਾਇਦ ਵਧ ਗਈ ਹੋਵੇ ਜਦੋਂ ਮੈਂ ਰਹਿਣਾ ਸੌਦੋਂ ਇੰਨੀ ਕੀ ਸੀ ਤੇ ਕੋਈ ਉਥੇ ਕਲਚਰਲ ਪ੍ਰੋਗਰਾਮ ਜਿਵੇਂ ਆਪਣਾ ਲੋਹੜੀ ਦਾ ਜਾਂ ਵਿਸਾਖੀ ਦਾ ਜਾਂ ਕੋਈ ਹੋਰ ਪ੍ਰੋਗਰਾਮ ਉਹ ਨਾ ਸਿਰਫ ਗੁਰਦੁਆਰੇ ਦੇ ਵਿੱਚ ਵੱਤ ਵੱਤ ਵਿਸਾਖੀ ਤੇ ਦੀਵਾਲੀ ਜਾਂ ਆਪਣੇ ਗੁਰਪੁਰਬ ਸਾਹਿਬ ਹੀ ਹੁੰਦੇ ਸੀ ਇੱਥੇ ਚਲੋ ਹੋਰ ਵੀ ਪੰਜਾਬੀ ਪ੍ਰੋਗਰਾਮ ਕਾਫੀ ਹੁੰਦੇ ਨੇ ਲੋਹੜੀ ਦਾ ਹੋ ਗਿਆ ਤੀਆਂ ਦਾ ਤਿਆਰ ਹੋ ਗਿਆ ਕਬੱਡੀ ਦਾ ਵੀ ਇੱਥੇ ਲੱਗਦੇ ਨੇ ਮੇਲੇ ਹੋਰ ਵੀ ਮੇਲੇ ਲੱਗਦੇ ਨੇ ਪਿਛੇ ਇਹ ਤਾਂ ਵਿਸਾਖੀ ਦਾ ਨਾਨਕ ਕਾਫੀ ਜ਼ਿਆਦਾ ਸੈਲੀਬ੍ਰੇਟ ਕੀਤਾ ਸੀ ਟਰਬਨ ਡੇ ਦੇ ਤੌਰ ਤੇ ਨਹੀਂ ਕਿ ਇੱਥੇ ਕਾਫੀ ਕਮਿਊਨਿਟੀ ਆਪਣੀ ਚਲੋ 15000 ਦੇ ਕਰੀਬ ਹੋਣ ਕਰਕੇ ਤੇ ਚਲੋ ਸਾਰੇ ਹੁੰਦਾ ਵੀ ਚਲੋ ਆਪਣੇ ਬੱਚਿਆਂ ਨੂੰ ਆਪਣੇ ਕਲਚਰ ਦਾ ਜਾਂ ਆਪਣੀ ਬੋਲੀ ਦਾ ਜਾਂ ਆਪਣੇ ਸੱਭਿਆਚਾਰ ਦਾ ਆਪਣੇ ਧਰਮ ਦਾ ਪਤਾ ਲੱਗੇ ਤੇ ਉਹ ਸਾਰੇ ਜਿਵੇਂ ਵੀ ਚਲੋ ਜਿੰਨੀ ਕੀ ਵੀ ਕੋਸ਼ਿਸ਼ ਹੁੰਦੀ ਨਾਰਵੇ ਦੇ ਸਿੱਖਾਂ ਦੀ ਤੇ ਉਹ ਬਹੁਤ ਵਧੀਆ ਕੋਸ਼ਿਸ਼ ਕਰਦੇ ਨੇ ਗੁਰੂ ਘਰ ਦੇ ਵਿੱਚ ਨੇ ਤੇ ਜਾਂ ਬਾਹਰ ਜਿਵੇਂ ਵੀ ਆ ਵੀ ਸੋਨੀ ਚੋਲਾ ਆਪਦੇ ਬੱਚਿਆਂ ਨੂੰ ਪੰਜਾਬੀ ਦੇ ਨਾਲ ਜਾਂ ਸਿੱਖ ਧਰਮ ਦੇ ਨਾਲ ਜੋੜ ਕੇ ਰੱਖਦੇ ਨੇ ਤੇ ਪੋਲੈਂਡ ਦੇ ਵਿੱਚ ਥੋੜਾ ਜਿਹਾ ਡਿਫਰੈਂਟ ਥੋੜਾ ਜਿਹਾ ਔਕਾ ਹੋ ਜਾਂਦਾ ਉੱਥੇ ਸਿਰਫ ਤੇ ਸਿਰਫ ਗੁਰੂ ਘਰ ਦੇ ਵਿੱਚ ਹੀ ਆਪਾਂ ਕੁਝ ਵੀ ਇਹ ਪ੍ਰੋਗਰਾਮ ਉਹੀ ਕਰ ਸਕਦੇ ਆ ਮੈਂ ਅੱਜ ਤੱਕ ਇੱਕ ਦੀਵਾਲੀ ਦੀ ਉੱਥੇ ਪਾਰਟੀ ਕੀਤੀ ਆ ਤੇ ਉਹ ਵੀ ਪਾਰਟੀ ਕਿਹੋ ਜੀ ਹੁੰਦੀ ਹੈ ਜੀ ਚਲੋ ਤੁਹਾਨੂੰ ਪਤਾ ਹੀ ਆ ਅਣਾ ਤੇ ਇਹ ਜਿਹੜੇ ਆਪਣੇ ਬੇਸਿਕ ਪ੍ਰੋਗਰਾਮ ਨਾ ਲੋੜੀਦਾ ਜਾਂ ਤੀਆਂ ਦੇ ਜਾਂ ਕਬੱਡੀ ਦੇ ਮੇਲੇ ਉਹ ਪੋਲੈਂਡ ਦੇ ਵਿੱਚ ਬੰਦਾ ਮਿਸ ਕਰਦਾ ਆਪਣੇ ਪੰਜਾਬੀ ਕਲਚਰ ਨੂੰ ਖਰੇ ਨਾਰਵੇ ਦੇ ਵਿੱਚ ਪੰਜਾਬੀ ਕਲਚਰ ਨੂੰ ਮਿਸ ਤਾਂ ਨਹੀਂ ਕਰਦਾ ਕਿਉਂਕਿ ਇੱਥੇ ਇੱਕ ਸੋਸ਼ਲ ਸਰਕਲ ਬਣਿਆ ਰਿਹਾ ਜਾਂਦਾ ਕਾਫੀ ਜ਼ਿਆਦਾ ਗਿਣਤੀ ਹੁੰਦੀ ਆ ਗੁਰਦੁਆਰੇ ਵਿੱਚ ਜਦੋਂ ਜਾਈਏ ਤੇ ਕਾਫੀ ਜ਼ਿਆਦਾ ਪੰਜਾਬੀ ਹੁੰਦੇ ਨੇ ਮੇਨ ਤੋਂ ਲੋ ਦੂਸਰੇ ਵੀ ਆਉਂਦੇ ਨੇ ਏਡੀ ਗੱਲ ਨਹੀਂ ਹੈਗੀ ਆਪਾਂ ਵੀ ਕੱਲੇ ਆਪਾਂ ਸਿੱਖੇ ਕੋਮੇਂਡੇ ਹੋਰ ਵੀ ਹਿੰਦੂ ਕਮਿਊਨਿਟੀ ਵੀ ਆਉਂਦੀ ਆ ਕਾਫੀ ਆਉਂਦੇ ਨੇ ਚਲੋ ਆਪਣਾ ਗੁਰਦੁਆਰ ਆ ਕੇ ਆ ਮੱਥਾ ਟੇਕਦੇ ਨੇ ਤੇ ਆਪ ਦਾ ਜੋ ਵੀ ਆ ਸਜਦਾ ਕਰਦੇ ਨੇ ਪਰ ਚਲੋ ਇੱਥੇ ਚੰਗਾ ਲੱਗਦਾ ਪੋਲੰਡ ਦੇ ਵਿੱਚ ਥੋੜਾ ਜਣਾ ਮਹਿਸੂਸ ਹੁੰਦਾ ਵਾ ਵੀ ਜਿਵੇਂ ਆਪਾਂ ਪੋਲੰਡ ਵਿੱਚ ਰਹਿ ਕੇ ਜਦੋਂ ਮੈਂ ਇਹ ਦੇਖਦਾ ਹੁੰਨਾ ਸੀ ਵੀਡੀਓ ਕੈਨੇਡਾ ਦੀਆਂ ਅਮਰੀਕਾ ਦੀਆਂ ਇੰਗਲੈਂਡ ਦੀਆਂ ਤੇ ਉਹ ਮਹਿਸੂਸ ਹੁੰਦਾ ਸੀ ਯਾਰ ਇੱਥੇ ਯਾਰ ਇਕੱਲੇ ਜੇ ਫਸ ਗਏ ਜੇ ਆ ਕੇ ਚਲੋ ਇੱਥੇ ਉਹ ਗੱਲ ਮਹਿਸੂਸ ਨਹੀਂ ਹੁੰਦੀ ਨਾਰਵੇ ਦੇ ਵਿੱਚ ਤੇ ਆਪਣੀ ਚਲੋ ਆਬਾਦੀ 10-15000 ਹੀ ਵੱਖਰੇਗੀ ਕੋਈ ਇੰਨੀ ਨਹੀਂ ਹੈਗੀ ਚਲੋ ਫਰ ਫਿਰ ਵੀ ਆਪਣਾ ਸੋਸ਼ਲ ਸਰਕਲ ਇੱਕ ਬਣਿਆ ਰਹਿੰਦਾ ਨਾਰਵੇ ਦੇ ਵਿੱਚ ਤੇ ਪੋਲੰਡ ਦੇ ਵਿੱਚ ਬੰਦਾ ਇਹ ਮਿਸ ਕਰਦਾ ਵਾ ਚਲੋ ਇੰਨੀ ਕੀ ਸੀ ਆਪਾਂ ਜਿਆਦਾ ਲੰਬੇ ਵੀਡੀਓ ਕੀ ਕਰਨੀ ਆ ਤਾਂ ਅਗਲੀ ਵੀਡੀਓ 'ਚ ਆਪਾਂ ਕਰਾਂਗੇ ਗੱਲ ਵੀ ਕੰਮ ਦੇ ਕਿਹੜੇ ਕਿਹੜੇ ਮੋਲਕਾਂ ਦੇ ਲੋਕ ਜ਼ਿਆਦਾ ਇੱਥੇ ਆਏ ਨੇ ਤੇ ਉਹ ਕਿਹੜਾ ਕਿਹੜੇ ਕੰਮ ਕਰਦੇ ਨੇ ਆਪਾਂ ਅਗਲੀ ਵੀਡੀਓ 'ਚ ਗੱਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ